ਆਉਂਦੀਆਂ ਕਹਿੰਦੇ ਕਰਨ ਔਜਲਾ ਵੀ ਕਹਿੰਦੇ ਭੁੱਖਾ ਵਾਂਗੂ ਪਿਆ ਕਹਿੰਦਾ ਮੇਰੇ ਤਾਂ ਛੋਟੇ ਭੈਣ ਭਰਾ ਭੁੱਕੇ ਨੇ। ਹਰਸ਼ ਵੀਰੇ ਤੁਹਾਡਾ ਨਾਮ ਕੀ ਆ? ਹਾਂਜੀ ਸੈਮੀ ਜੀ, ਕਿੱਦਾਂ ਫਿਰ? ਹੈਂ, ਇੱਧਰ ਮੂੰਹ ਦੇਖ ਕੇ ਕਹੀ ਹੁੰਦਾ ਸਤਿ ਸ਼੍ਰੀ ਅਕਾਲ ਬੁਲਾਈ ਦੀ ਇਹਦੇ ਨਾਲੇ। ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਨ੍ਹਾਂ ਨੇ ਇਹ ਜਗ੍ਹਾ ਦੇਖੀ ਹੈ ਉਹਨਾਂ ਤਾਂ ਯਾਦ ਹੋਣੀ ਹੈ, ਜਿਹਨਾਂ ਨੂੰ ਨਹੀਂ ਪਤਾ ਤਾਂ ਇਹ ਗੁਰੂ ਨਾਨਕ ਨੈਸ਼ਨਲ ਕਾਲਜ ਦਰਾਹਾ ਦਾ ਹਾਲ ਆ, ਅਤੇ ਆਹ ਉਹ ਸਟੇਜ ਜਿੱਥੇ ਅਸੀਂ ਆਪਣੇ ਜ਼ਿੰਦਗੀ ਦੇ 2-2.5 ਸਾਲ ਭੰਗੜਾ ਪਾਇਆ। ਬਹੁਤ ਯਾਦਾਂ ਸਾਡੀਆਂ ਜੁੜੀਆਂ ਹੋਈਆਂ ਨੇ ਇਹਦੇ ਨਾਲ। ਸੈਮੀ, ਤੈਂ ਕਿੰਨੀ ਵਾਰ ਇੱਥੇ ਭੰਗੜਾ ਪਾਇਆ? ਉਹ ਸੈਮੀ ਜੀ ਰੇਸੀਆਂ ਲਾਈਆਂ ਨੇ ਐਂ ਤਾਂ, ਅਤੇ ਅਸੀਂ ਜੀ ਇੱਥੇ, ਮੈਂ ਇੱਥੇ ਕੜਛੀ ਮੈਨੂੰ ਨੀ ਪਤਾ ਵੀਰੇ, ਚਾਂਚੀ ਇੰਨੇ ਕਿਹੜੇ ਨੇ, ਤੇ ਸਾਰੇ ਬਾਈ ਹੋਣੀ ਆਪਣੇ ਇੱਥੇ ਪਹੁੰਚੇ ਹੋਏ ਨੇ, ਤੇ ਤੁਹਾਨੂੰ ਇੱਕ ਬਾਈ ਨੂੰ ਮਿਲਾਉਂਦੇ ਆ, ਤੇ ਬਾਈ ਦੇਖਣ ਨੂੰ ਤਾਂ ਲੱਗਦਾ ਕਰਨ ਔਜਲੇ ਵਰਗਾ। ਬੋਲੀਆਂ ਵੀਰੇ, ਫਿਰ ਕੁਛ ਸੁਣਾ ਦੋ ਬੋਲੀ ਸੁਣਨੀ, ਕੁਛ ਵੀ। ਉਹ ਸੁੱਚੇ ਯਾਰ ਬਿਨਾ ਮੇਰਾ ਜੀ ਨਾ ਲੱਗਦਾ ਕੱਲੀ ਦਾ, ਉਹ ਸੀਨੇ ਬਲਦੇ ਮੇਰੇ ਯਾਦਾਂ ਦੇ ਅੰਗਿਆਰੇ, ਉਹ ਖਬਰੇ ਛੁੱਟੀ ਲੈ ਕੇ ਆਉਣਾ ਏ ਕਦ ਫੌਜੀ ਨੇ ਮੈਂ ਮਰ ਜਾ, ਉਹ ਸਾਰਾ ਦਿਨ ਮੈਂ ਚੜ ਕੇ ਵੇਂਦੀ ਰਮਾਂ ਚ ਵਾਰੇ, ਰਿਹਸਲਾਂ ਉਸ ਤੋਂ ਬਾਅਦ ਜਿਹੜਾ ਕਿ ਆਪਣਾ ਫੰਕਸ਼ਨ ਹੁੰਦਾ, ਕੀ ਹੁੰਦਾ ਇਹਨਾਂ ਦਾ, ਜਿੱਦਣ ਜਿਹਨਾਂ ਦਾ ਕਾਲਜ ਆ ਉਹਨਾਂ ਦਾ ਕੁਛ ਹੁੰਦਾ ਵਾ ਫਸਟ ਟਾਈਮ 31 ਅਗਸਤ ਦਾ, ਅਤੇ ਉਹਦੇ ਪਰਫੋਰਮੈਂਸ ਕੀਤੀ, ਜਿੰਨੇ ਫੰਕਸ਼ਨ ਕਾਲਜ ਦੇ ਉਹਨੇ ਨੱਚੇ ਨੇ, ਅਤੇ ਉਹ 2 ਸਾਲ ਇੰਨੇ ਕੁ ਵਧੀਆ ਰਹੇ ਸਾਡੇ ਭੰਗੜੇ ਦੇ। ਮੈਂ ਵੀ ਨੱਚਿਆ ਸੀ ਇੱਕ ਵਾਰੀ, ਮੈਨੂੰ ਯਾਦ ਆਇਆ ਜਦੋਂ ਕਾਲਜ ਜਿੱਤ ਗਿਆ ਸੀਗਾ। ਅੱਛਾ, ਅਸੀਂ ਲੇਲਪੁਰ ਖਾਲਸਾ ਸਾਡੀ ਫਸਟ ਆਈ ਸੀਗੀ ਟੀਮ ਕਾਲਜ, ਜਦੋਂ ਫਸਟ ਟਰੋਫੀ ਜਿੱਤਿਆ ਸੀ ਨਾ ਉਹਦੇ 'ਚ, ਯੂਥ ਫੈਸਟੀਵਲ 'ਚ ਓਵਰਆਲ ਫਸਟ ਟਰੋਫੀ। ਅੱਛਾ, ਹਰਮਨ ਭਾਈ ਨੂੰ ਨੱਚੇ ਵੀ? ਨਹੀਂ, ਅਤੇ ਆਇਓ ਤੁਹਾਨੂੰ ਇੱਥੇ ਕੁਛ ਨਾ ਕੁਛ ਦਿਖਾਉਂਦੇ ਹਾਂ, ਜਿੱਥੇ ਅਸੀਂ ਬੜੀਆਂ ਐਸ਼ ਕੀਤੀ ਆ, ਅਤੇ ਤੁਹਾਨੂੰ ਆਇਓ ਪੂਰਾ ਦਿਖਾਉਂਦੇ ਹਾਂ। ਅਤੇ ਕੱਲ੍ਹ ਇੱਥੇ ਹਰਮਨ, ਰਤਨ, ਇਕਬਾਲ ਅਤੇ ਸੈਮੀ ਹੋਣੀ ਅਤੇ ਹੋਰ ਭਰਾਵਾਂ ਦਾ ਮੈਨੂੰ ਕਈ ਵੀਰਾਂ ਦਾ ਨਾਮ ਨਹੀਂ ਪਤਾ, ਜੇ ਮਿਸ ਹੋਏ ਤਾਂ ਸੋਰੀ, ਬਾਕੀ ਸਭ ਦਾ ਦਿਖਾਵਾਂਗੇ ਪੋਸਟਰ ਦੇ ਵਿੱਚ। ਅਤੇ ਹੁੰਮਾ ਕੇ ਪਹੁੰਚਣਾ ਸਭ ਨੇ ਦਰਾਹੇ ਨੈਸ਼ਨਲ ਕਾਲਜ ਦੇ ਵਿੱਚ, ਜੋ ਭੰਗੜਾ ਕੱਪ ਕਰਾ ਰਹੇ ਨੇ। ਫਸਟ ਪ੍ਰਾਈਜ਼ ਕਿੰਨਾ ਉਰੇ? 71,000 ਇੱਕ ਵਾਰੀ ਫਿਰ ਵੀ ਦੇਖ ਲੈਂਦੇ, ਕਈ ਵਾਰੀ ਗਲਤੀ ਹੋ ਜਾਂਦੀ ਹੈ ਅਤੇ ਕਮੈਂਟ ਦੇ ਵਿੱਚ ਗਾਲਾਂ ਪੈ ਜਾਂਦੀਆਂ ਹੁੰਦੀਆਂ ਨੇ ਕਿ ਤੁਸੀਂ ਝੂਠ ਬੋਲਦੇ, ਅਤੇ ਫਿਰ ਵੀ ਹਰਮਨ ਵੀਰੇ ਉਹਨਾਂ ਦਾ, ਜਿਨ੍ਹਾਂ ਨੇ ਇੰਨੇ ਸਾਲ ਭੰਗੜਾ ਪਾ ਕੇ ਇੱਕ ਸਟੈਪ ਚੱਕਿਆ ਕਿ ਭੰਗੜੇ ਨੂੰ ਅਸੀਂ ਅੱਗੇ ਲੈ ਕੇ ਜਾਈਏ, ਅਤੇ ਉਹਨਾਂ ਨੂੰ ਸਲੂਟ ਆ ਕਿ ਉਹਨਾਂ ਨੇ ਇੱਕ ਸੋਚ ਚੰਗੀ ਲੈ ਕੇ ਸਾਰੇ ਜਿਹੜੇ ਵੀਰ ਹੋਣੇ ਉਹਨਾਂ ਦੇ ਨਾਲ ਨੇ, ਰਣੀ ਵੀਰੇ ਹੋਣੀ, ਸੈਮੀ ਹੋਣੀ, ਅਤੇ ਹੋਰ ਕਈਆਂ ਦਾ ਜਿਨ੍ਹਾਂ ਤੋਂ ਨਾ ਜਾਣਦਾ ਸੈਮੀ ਐਡ ਕਰ ਸਕਦਾ ਮੈਨੂੰ, ਬਾਲ ਵੀਰਾ ਹੋ ਗਿਆ ਆਪਣਾ, ਚੀਮਾ ਵੀਰਾ, ਮੈਂ ਨਾਮ ਹੀ ਪਤਾ ਜਿਹੜਾ ਆਸਟ੍ਰੇਲੀਆ ਗਿਆ ਹੋਇਆ, ਮਨੂ ਵੀਰਾ, ਅਤੇ ਹੋਰ ਕੌਣ ਕੌਣ ਨੇ? ਔਰ ਇੱਕ ਅਮੈਰੀਕਾ ਤੋਂ ਵੀਰ ਜੀ ਨੇ, ਬਹੁਤ ਵਧੀਆ ਨੇ ਸਾਰਿਆਂ ਦੇ, ਅਸੀਂ ਨਾਮ ਐਕਸਪਲੇਨ ਕਰਾਂਗੇ ਜ਼ਰੂਰ। ਪੰਕਜ ਵੀਰੇ ਹੋਣੀ, ਪੰਕਜ ਵੀਰੇ ਹੋਣੀ, ਭਲਵਾਨ ਵੀਰਾ, ਭਲਵਾਨ, ਸੋਰੀ, ਸਾਡਾ ਸਪੈਸ਼ਲੀ ਭਲਵਾਨ ਵੀਰਾ। ਅਤੇ ਕਿੰਨਾ ਪ੍ਰਾਈਜ਼ ਆ ਇੱਥੇ?
51,000 ਫਸਟ ਹੈ, 51 ਸੈਕਿੰਡ, 31 ਥਰਡ, 21 ਫੋਰਥ, 11। ਅੱਛਾ, ਚਾਰ ਪ੍ਰਾਈਜ਼ ਨੇ ਉਰੇ ਤੇ ਸੋਲੋ ਡਾਂਸ ਗਏ 31 21 11 ਪੋਸਟਰ ਹੀ ਪਾ ਦਾਂਗੇ। ਹਾਂ, ਤੇ ਪੋਸਟਰ ਪਾ ਕੇ ਤੁਹਾਨੂੰ ਦਿਖਾਉਣੇ, ਤੇ ਤੁਹਾਨੂੰ ਦਿਖਾਉਣੇ ਆ ਜਿੱਥੇ ਅਸੀਂ ਬਹਿ ਕੇ ਕੋਈ ਸਾਡੇ ਕਮਰੇ 'ਚ ਨਹੀਂ ਪੜਦਾ, ਉਹ ਕਮਰਾ ਤੁਹਾਨੂੰ ਦਿਖਾਉਣੇ ਆ ਜੋ ਸਾਰਾ ਜੋ ਕਮਰਾ ਜੀ। ਇੱਥੇ ਅਸੀਂ ਜੋ ਰਿਹਰਸਲ ਕਰਨ ਤੋਂ ਬਾਅਦ ਆਪਣੇ ਚਾਦਰੇ ਚੂਦਰੇ ਰੱਖ ਕੇ ਆਉਂਦੇ ਹੁੰਦੇ। ਇੱਥੇ ਤਾਂ ਤੁਹਾਨੂੰ ਮੈਂ ਇੱਕ ਇੰਸੀਡੈਂਟ ਦੱਸਦਾ, ਇੱਥੇ ਨਾ ਸਾਡੀ ਕੁਰਸੀਆਂ ਨਾਲ ਚਾਦਰੇ ਟੰਗੇ ਹੁੰਦੇ, ਜਿਹੜਾ ਵੀ ਸਾਡੇ ਕਮਰੇ 'ਚ ਇੱਥੇ ਵੜਦਾ ਸੀਗਾ ਕਹਿੰਦਾ ਸੀ ਯਾਰ ਤੁਸੀਂ ਕਿਹੋ ਜਿਹੇ ਮਾਹੌਲ 'ਚ ਰਹਿੰਦੇ ਹੋ, ਹੈਂ ਕਿੱਥੇ ਰਹਿੰਦੇ ਹੋ, ਇੰਨੀ ਸਮੈਲ ਆਉਣੀ। ਅਤੇ ਅਸੀਂ ਸਭ ਨੂੰ ਇੱਕੇ ਗੱਲ ਕਹਿੰਦੇ ਸੀ ਸਾਡੇ ਕਮਰੇ 'ਚ ਨਹੀਂ ਕਿਸੇ ਨੇ ਵੜਨਾ, ਅਤੇ ਜਿਹਦੇ ਜਿਹਦੇ ਚਾਦਰੇ ਹੁੰਦੇ ਸੀ ਉੱਥੇ ਹੀ ਪਏ ਰਹਿੰਦੇ ਸੀਗੇ। ਅਤੇ ਦੇਖਦੇ ਹਾਂ ਜੇ ਵੀਰੇ ਹੁਣੀ ਆਉਂਦੇ ਤਾਂ ਵੀਰੇ ਉਹਨਾਂ ਨੂੰ ਬੁਲਾਉਂਦੇ, ਨਹੀਂ ਤਾਂ ਮੋਰਨਿੰਗ ਨੈਕਸਟ ਵਲੋਗ ਦੇ ਨਾਲ ਹੀ ਜੋ ਪੂਰੀਆਂ ਟੀਮਾਂ ਨੱਚਣਗੀਆਂ ਉਹਨਾਂ ਦਾ ਇੱਕ ਵਧੀਆ ਤਰੀਕੇ ਨਾਲ ਵਲੋਗ ਲੈਗਾ ਜੋ ਭੰਗੜੇ ਨੂੰ ਪਿਆਰ ਕਰਦੇ ਨੇ। ਪਲੀਜ਼ ਉਹ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ, ਲੋਕਾਂ ਦੇ ਪਹੁੰਚੇਗੀ। ਦਰਾਹੇ ਦਾ ਕੱਪ ਹੁੰਦਾ ਜੀ ਭੰਗੜੇ ਦਾ ਕੱਪ, ਦਰਾਹੇ ਦਾ ਕ੍ਰਿਕਟ ਟੂਰਨਾਮੈਂਟ ਤਾਂ ਤੁਸੀਂ ਨਾਈਟ ਸੁਣਿਆ ਹੀ ਆ, ਅਤੇ ਦਰਾਹੇ ਦਾ ਕੱਪ ਵੀ ਯਾਦ ਰੱਖੋਗੇ ਅੱਜ ਤੋਂ ਬਾਅਦ ਜੀ ਭੰਗੜੇ ਦਾ। ਵੱਡਾ ਵੀਰਾ ਅਤੇ ਵੱਡੇ ਵੀਰੇ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਚਾਨਣ ਪਾਓਗੇ? ਸਤਿ ਸ਼੍ਰੀ ਅਕਾਲ ਜੀ, ਮੈਂ ਦਰਾਹੇ ਸ਼ਹਿਰ ਤੋਂ ਮਾਨਿਕ ਸੂਰ, ਕੱਲ੍ਹ ਨੂੰ ਆਪਣਾ ਭੰਗੜਾ ਕੱਪ ਹੋਣ ਜਾ ਰਿਹਾ 2022 ਦੁਰਾਹਾ ਨੈਸ਼ਨਲ ਕਾਲਜ ਆਡੀਟੋਰੀਅਮ ਦੇ ਵਿੱਚ। ਆਪਾਂ ਇਹ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਇਹ ਇੰਸਟਾਲ ਕੀਤਾ ਹੈਗਾ, ਅਤੇ ਤੁਸੀਂ ਕਿਰਪਾ ਕਰਕੇ ਦੂਰੋਂ ਦੂਰੋਂ ਟੀਮਾਂ ਆਈਆਂ ਹੈਗੀਆਂ ਹੋਮੋ ਪਾ ਕੇ ਵੀਰੇ ਵੀਰੇ ਇਹ ਗੱਲ ਗਲਤ ਆ ਉਹ ਯਾਰ ਤੁਸੀਂ ਉਹਦੀ ਇੰਟਰਵਿਊ ਨਹੀਂ 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 ਇੱਥੇ ਹੀ ਚੱਲੂਗੀ ਹਾਂਜੀ ਨਹੀਂ ਉਹ ਆਪੇ ਘੱਟੋ ਜੀ ਆਪੇ ਘੱਟੋ ਨਹੀਂ ਨਹੀਂ ਇੱਦਾਂ ਹੀ ਹੋਣਾ ਸਾਡਾ ਇਹ ਦੁਰਾਹਾ। ਜਦ ਵੀ ਆਓ ਤੁਸੀਂ ਇਹਨਾਂ ਨੂੰ ਵੀਰ ਜੀ ਨੂੰ ਮਿਲ ਕੇ ਜਾਓ। ਕੋਈ ਐਫ ਡੀ ਕਰਾਉਣੀ ਹੋਵੇ, ਸੇਵਿੰਗ ਖਾਤਾ ਕਰਾਉਣਾ ਹੋਵੇ, ਯਾਰ ਇਹ ਤੁਸੀਂ ਭੰਗੜਾ ਕੱਪ ਕਰਾਉਣਾ ਵੀਰੇ ਵਿੱਚ ਐਡ ਮਸ਼ਹੂਰੀ ਨਹੀਂ ਕਰਾਉਣੀ ਹੈਗੀ, ਸਪੌਂਸਰ ਨੇ ਆਪਣੇ ਉਹ ਬੱਲੇ ਫਿਰ ਸਪੌਂਸਰ ਸਾਹਿਬ ਨੂੰ ਮਿਲਣਾ ਚਾਹੀਦਾ ਭਾਈ। ਮੂੰਹ ਤੇ ਜ਼ੂਮ ਥੋੜਾ ਜਿਹਾ ਹੈ ਐ ਕਰਕੇ ਤੇ ਨੈਕਸਟ ਵੀਰੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਵੀ ਸਾਡੇ ਦਰਾਹੇ ਸ਼ਹਿਰ ਦੇ ਵਿੱਚ ਇਹ ਜਿਹੜਾ ਭੰਗੜਾ ਕੱਪ ਹੋਣ ਜਾ ਰਿਹਾ ਹੈ ਇਹ ਕੋਵਿਡ ਦਾ ਕੋਵਿਡ ਤੋਂ ਬਾਅਦ ਹੁਣ ਅਸੀਂ ਇਹ ਕੀ ਕਹਿੰਦੇ ਆ ਮਤਲਬ ਪਾਇਆ ਸੀ ਸ਼ਨੀਵਾਰ 19 March 2022 ਗੁਰੂ ਨਾਨਕ ਨੈਸ਼ਨਲ ਕਾਲਜ ਆਡੀਟੋਰੀਅਮ ਦੇ ਵਿੱਚ ਪਹੁੰਚੋ, ਕੁਰਸੀਆਂ ਦਾ ਇੰਤਜ਼ਾਮ ਹੋ ਚੁੱਕਿਆ। ਮੈਂ ਵੀ ਦਿਖਾ ਦੋ ਸਾਰਾ ਦਿਖਾਤਾ ਉਹ ਸਾਰਾ ਦਿਖਾਤਾ ਸਾਰੀਆਂ ਕੁਰਸੀਆਂ ਦਿਖਾ ਦਈਏ ਅੱਗੇ ਜਾ ਕੇ ਸਟੇਜ ਵੱਲ ਨਿਗਾਹ ਮਰਾਈ ਜਾਓ। ਸਟੇਜ ਅਸੀਂ ਦਿਖਾ ਚੁੱਕੇ ਹਾਂ ਜੀ, ਤੇ ਇਹ ਸਾਡੇ ਕਾਲਜ ਦੀ ਸਟੇਜ ਆ ਜੀ, ਬਹੁਤ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਹਦੀਆਂ ਨਾਲ। ਅਸੀਂ ਬਾਕੀ ਸਾਰਿਆਂ ਨੂੰ ਮਿਲਾਉਂਦੇ ਹਾਂ ਅਤੇ ਸਾਰੀ ਟੀਮ ਆਈ ਹੋਈ ਆ। ਅਤੇ ਅੱਛਾ ਵੀਰੇ, ਅੱਛਾ ਹਰਸ਼ ਵੀਰੇ ਤੁਹਾਡਾ ਨਾਮ ਕੀ ਹੈ? ਇਹ ਵੀਰੇ ਦੀ ਸੀਗੀ ਕਹਿਣ ਦੀ, ਕੋਈ ਨਾ ਕੋਈ ਨਾ ਘੱਟ ਹੋ ਜਾਣਾ ਘੱਟ ਹੋ ਜਾਣਾ ਅਤੇ ਅਤੇ ਤੁਹਾਨੂੰ ਵੀਰ ਉਹਨਾਂ ਨੂੰ ਮਿਲਾਉਂਦੇ ਹਾਂ। ਕੜਛੀ ਮੈਨੂੰ ਨਹੀਂ ਪਤਾ ਵੀਰੇ, ਚਾਂਚੀ ਇੰਨੇ ਕਿਹੜੇ ਨੇ? ਅਤੇ ਸਾਰੇ ਬਾਈ ਹੋਣੀ ਆਪਣੇ ਇੱਥੇ ਪਹੁੰਚੇ ਹੋਏ ਨੇ ਅਤੇ ਤੁਹਾਨੂੰ ਇੱਕ ਬਾਈ ਨੂੰ ਮਿਲਾਉਂਦੇ ਹਾਂ। ਅਤੇ ਬਾਈ ਦੇਖਣ ਨੂੰ ਤਾਂ ਲੱਗਦਾ ਕਰਨ ਔਜਲੇ ਵਰਗਾ, ਵੀਰ ਨੂੰ ਭੰਗੜੇ ਕੱਪ ਦਾ ਐਡਾ ਚਾਅ ਸੀ, ਗੱਡੀ ਚ ਵੀ ਮੂਹਰੇ ਬਹਿ ਕੇ ਆਇਆ ਕਿਤੇ ਲੇਟ ਨਾ ਹੋ ਜਾਵਾਂ। ਖਬਰੇ ਛੁੱਟੀ ਲੈ ਕੇ ਆਉਣਾ ਏ ਕਦ ਫੌਜੀ ਨੇ ਮੈਂ ਮਰ ਜਾ
ਜੀ ਵੀਰ ਹੈ ਉਹ ਸਾਰਾ ਦਿਨ ਮੈਂ ਚੜ ਕੇ ਵੇਂਦੀ ਰਮਾਂ ਚ ਵਾਰੇ ਰੁਕ ਕੇ ਪੁੱਛਾਂਗੇ ਨਾਮ ਤੇਰਾ ਕਿਹੜੀ ਹੈ ਤੂੰ ਜੈਲਦਾਰਨੀ ਬੱਲੇ ਕਰਨ ਔਜਲਾ ਵੀ ਕਹਿੰਦੇ ਭੁੱਖ ਵਾਂਗੂ ਪਿਆ ਕਹਿੰਦਾ ਮੇਰੇ ਤਾਂ ਛੋਟੇ ਭੈਣ ਭਰਾ ਭੁੱਕੇ ਨੇ ਤੇ ਕਹਿੰਦੇ ਕੜਛੀ ਵਾਲਾ ਆ ਗਿਆ ਕੜਛੀ ਵਾਲਾ ਕੜਛੀ ਲੈ ਕੇ ਤੇ ਹਾਂ ਬਈ ਮੁੰਡੇ ਰੋਟੀ ਕਿੱਦਾਂ ਲੱਗੀ ਫਿਰ ਹਾਂਜੀ ਜੀ ਫਿਰ ਕੌਣ ਆ ਗਈ ਕੌਣ ਆ ਗਈ ਇਹ ਕੌਣ ਹੈ ਆ ਦੇਖ ਲੋ ਕਹਿੰਦੇ ਨੇ ਭੰਗੜਾ ਕੱਪ ਕਰਾਉਣਾ ਸੌਖਾ ਨੀ ਹੈਗਾ ਤੇ ਮੁੰਡੇ ਹੈ ਘਰੋਂ ਲੈ ਕੇ ਆਏ ਕੜਛੀ ਵੀਰੇ ਪਨੀਰ ਅੱਛਾ ਮੈਂ ਕਿਹਾ ਕਿਤੇ ਪਨੀਰ ਲੱਭ ਲੱਭ ਖਾਣ ਲੱਗੇ ਹੋਇਆ ਸਾਰੀਆਂ ਨੇ ਇਹ ਚਾਰ ਕੱਢਦੇ ਤੇ ਮਿਲ ਗਈ ਤੇ ਕੱਲ੍ਹ ਨੂੰ ਸਾਰੇ ਹੁੰਮ ਹੁਮਾ ਕੇ ਜ਼ਰੂਰ ਪਹੁੰਚੋ ਅਤੇ ਸਾਰੀਆਂ ਟੀਮਾਂ ਆਪਣੀਆਂ ਆ ਚੁੱਕੀਆਂ ਇਹ ਸਾਡਾ ਭਲਵਾਨ ਅਤੇ ਆਹ ਟੀਮਾਂ ਵੀ ਆ ਚੁੱਕੀਆਂ ਨੇ ਬਾਈ ਕਿੱਥੇ ਦੀ ਹੈ ਟੀਮ ਤੁਹਾਡੀ ਕਿੱਥੋਂ ਦੀ ਟੀਮ ਆ ਤੁਹਾਡੀ ਨੱਚਣ ਅੱਛਾ ਓਕੇ ਓਕੇ ਸਪੋਰਟਰ ਅਤੇ ਹੋਰ ਭਰਾ ਜੀ ਕਿੱਦਾਂ ਸਾਰੇ ਵਧੀਆ ਅਤੇ ਕਿੱਦਾਂ ਲੱਗ ਰਿਹਾ ਫਿਰ ਭੰਗੜੇ ਇੱਥੇ ਕੱਪ 'ਤੇ ਆ ਕੇ ਅਤੇ ਸਾਰੇ ਜਣੇ ਦੇਖੋ ਜਿਹੜੇ ਭੰਗੜੇ ਨੂੰ ਪਿਆਰ ਕਰਦੇ ਨੇ ਸਾਰੇ ਇੱਥੇ ਪਹੁੰਚੇ ਹੋਏ ਨੇ ਅਤੇ ਲੰਗਰ ਦਾ ਪ੍ਰਬੰਧ ਵੀ ਸਾਰੀਆਂ ਟੀਮਾਂ ਲਈ ਪੂਰਾ ਹੈਗਾ ਇਹ ਸਾਡਾ ਭਲਵਾਨ ਵੀਰ ਹੈ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਸੀ ਤੂੰ ਕੱਢ ਲਈ ਦੋ ਬਾਅਦ 'ਚ ਅਤੇ ਇਹ ਸਾਡਾ ਭਲਵਾਨ ਵੀਰਾ ਹਾਂ ਵੀ ਭਲਵਾਨਾ ਫਿਰ ਕਿੱਦਾਂ ਲੱਗ ਰਿਹਾ ਫਿਰ ਭੰਗੜਾ ਕੱਪ ਕਰਾ ਕੇ ਸੜਕ ਤੋਂ ਇਹ ਵਾਲੀ ਵੀਡੀਓ ਹੋ ਗਈ ਵੀਰੇ ਮੈਂ ਇੱਕ ਚਾਹ ਦਾ ਕੱਪ ਪੀਣਾ ਅਤੇ ਇੱਕ ਖਾਣਾ ਸਮੋਸਾ ਜਿਹਦਾ ਨੋਟ ਆ ਮੈਨੂੰ ਦੱਸ ਦਿਓ ਨਹੀਂ ਤਾਂ ਮੈਂ ਖਾ ਲੈਣਾ ਹੈ ਪੱਕੀ ਗੱਲ ਆ ਸਟੇਜ ਤਿਆਰ ਹੋ ਚੁੱਕੀ ਆ ਅਤੇ ਹਰਮਨ ਬਾਈ ਹੁਣੀ ਸਾਰੇ ਥੱਕ ਹਾਰ ਕੇ ਬਹਿ ਚੁੱਕੇ ਨੇ ਹੁਣ ਆਪਣਾ ਹਰਮਨ ਬਾਈ ਰਣੀ ਵੀਰਾ ਅਤੇ ਕਮਲ ਵੀਰਾ ਫਿਰ ਤਿਆਰੀ ਆ ਫਿਰ ਭੰਗੜੇ ਦੀ ਵੀਰੇ ਪੂਰੀ ਕੱਪ ਦੀ ਅਤੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਹੁਣ ਜੀ ਬਾਈ ਬਹੁਤ ਵਾਰੀ ਸਤਿ ਸ਼੍ਰੀ ਅਕਾਲ ਹੋ ਗਈ ਤੇਰੀ ਹਾਂਜੀ ਹਾਂਜੀ ਸਾਰੀ ਤਿਆਰੀ ਵਿੱਚ ਫਲੈਕਸਾਂ ਟੰਗਣੀਆਂ ਰਹੀਆਂ ਦਿਖਾਤਾ ਬਾਈ ਹੋਣੀ ਤਾਂ ਬਸ ਬੈਠੇ ਨੇ ਹੁਣ ਭੁੱਲੇ ਵੱਡ ਕੇ ਭਲਵਾਨ ਦੀ ਸੇਵਾ ਹੋ ਰਹੀ ਹੈ ਉੱਥੇ ਮਾਰਸ਼ ਹੋ ਰਹੇ ਨੇ ਭਲਵਾਨ ਦੇ ਮੈਂ ਤੁਹਾਨੂੰ ਵੀਰੇ ਇਹ ਕਹਿਣਾ ਚਾਹੂੰਗਾ ਇਹ ਸਾਡੇ ਰਣੀ ਇਹ ਸਾਡੇ ਰਣੀ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਾਡੇ ਦੇਖੋ ਹਲੇ ਵੀ ਤੁਸੀਂ ਦੇਖ ਸਕਦੇ ਹੋ ਮੈਸੇਜ ਕਾਲਸ ਇੰਨੀਆਂ ਆ ਰਹੀਆਂ ਨੇ ਪਿਆਰ ਸਾਡਾ ਦੇਖੋ ਭਾਰਤ ਚੋਂ ਤਾਂ ਸਾਡੇ ਫੋਰਨ ਵਾਲੇ ਸਮਰਥਕਾਂ ਤੋਂ ਵੀ ਬਹੁਤ ਪਿਆਰ ਆ ਰਿਹਾ ਵੀਰੇ ਦੇਖੋ ਸਾਨੂੰ ਐ ਸੀ ਵੀ ਜਿਵੇਂ ਮਤਲਬ ਕਹਿਣ ਦਾ ਵੀ ਉਹ ਤੂੰ ਪੱਤਰਕਾਰੀ ਕਰਨ ਲੱਗ ਜਾ ਡਾਲਰ ਦਾ ਰੇਟ ਵਧੀਆ ਵੀਰੇ ਤੁਸੀਂ ਆਪਣੇ ਚੈਨਲ ਦਾ ਨਾਮ ਦੱਸ ਦਿਓ ਜ਼ਰੂਰ ਵੀਰੇ ਦੇ ਲਾਈਕ ਵੀ ਕਰਿਓ ਤੇ ਨਾਲ ਰਿਲੇਟਡ ਵੀਡੀਓ ਲਈ ਹਾਂ ਜੀ ਹਾਂ ਜੀ ਤੇ ਉਹਨਾਂ ਦੇ ਲਾਈਕ ਵਾਲੀ ਲਿਸਟ ਦੇ ਵਿੱਚ ਮੈਨੂੰ ਵੀ ਲੱਭ ਲਿਓ ਜ਼ਰੂਰ 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 ਤੇ ਚਲੋ ਮਿਲਦੇ ਹੁਣ ਕੱਲ ਵੀਰ ਨੂੰ ਦਿਖਾਇਆ ਜਾਵੇ ਮੈਂ ਪੁੱਛੂਗਾ ਵੀ ਇਹ ਵੀ ਪੁੱਛਣਾ ਚਾਹੂੰਗਾ ਵੀ ਵੀਰਾ ਤੌੜੀ ਨਾਲ ਕੀ ਕਰੇਗਾ ਇਹ ਵੀਰਾ ਮਿਹਨਤਾਂ ਕਰਦਾ ਵੀਰੇ ਜਸਟ ਡੂ ਇਟ ਵੀ ਲਿਖਿਆ ਨਾ ਜਸਟ ਡੂ ਇਟ ਤੇ ਚਲੋ ਮਿਲਦੇ ਆਪਾਂ ਹੁਣ ਕੱਲ ਸਵੇਰੇ ਅਗਲੇ ਬਲੌਗ ਦੇ ਵਿੱਚ ਇੱਥੇ ਕਰਦੇ ਆ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਜ਼ਰੂਰ ਕਰ ਦਿਓ ਭੰਗੜੇ ਪਿਆਰਾ ਵੀਡੀਓ ਆ ਗਈ